ਖਰੜ ਪੁਲਿਸ ਨੇ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ ਦੋ ਵਿਅਕਤੀਆਂ ਕੋਲੋਂ 40 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ SH ਭਗਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ। ਪੁਲਿਸ ਨੂੰ ਮੁਖਬਰ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਬਲਵਿੰਦਰ ਸਿੰਘ ਤੇ ਕਮਲ ਸਿੰਘ, ਜੋ ਕਿ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਨੇ, ਆਪਣੀ ਇਨੋਵਾ ਗੱਡੀ ਦੇ ਰਾਹੀਂ ਨਜਾਇਜ਼ ਸ਼ਰਾਬ ਦਾ ਧੰਦਾ ਕਰਦੇ ਨੇ। ਰਾਤੀ ਨਾਕੇ ਦੌਰਾਨ ਇਨੋਵਾ ਗੱਡੀ ਨੂੰ ਰੋਕ ਕੇ ਤਲਾਸ਼ੀ ਲਿੱਤੀ ਗਈ ਤਾਂ ਉਸ ਵਿੱਚੋਂ 40 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ, ਜੋ ਚੰਡੀਗੜ੍ਹ ਤੋਂ ਸਸਤੀ ਭਾਅ ਤੇ ਲਿਆ ਕੇ ਮਹਿੰਗੇ ਭਾਅ ਤੇ ਗੋਬਿੰਦਗੜ੍ਹ 'ਚ ਵੇਚਦੇ ਸਨ। ਪੁਲਿਸ ਨੇ ਬਲਵਿੰਦਰ ਸਿੰਘ ਅਤੇ ਉਸਦੇ ਸਾਥੀ ਕਮਲਜੀਤ ਸਿੰਘ ਨੂੰ ਹਿਰਾਸਤ 'ਚ ਲੈ ਕੇ ਮਾਮਲਾ ਦਰਜ ਕਰ ਲਿੱਤਾ ਹੈ। ਮੁਲਾਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿੱਤਾ ਗਿਆ ਤਾਂ ਜੋ ਹੋਰ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਵਰਨਾ ਜੀ ਦੋ ਬੰਦੇ ਸੀ, ਇੱਕ ਬਲਵਿੰਦਰ ਸਿੰਘ, ਇਹ ਡਰਾਈਵਰ ਸੀਗਾ ਜੀ ਨੋਵਾ ਕਾਰ PB-10DS-8603 ਦਾ, ਇੱਕ ਇਹਦੇ ਨਾਲ ਸਾਥੀ ਸੀ ਕਮਲਜੀਤ ਸਿੰਘ, ਅਤੇ ਦੋਨੋਂ ਮੰਡੀ ਗੋਬਿੰਦਗੜ੍ਹ ਏਰੀਏ ਨੂੰ ਸੰਬੰਧਿਤ ਹੈਗੇ ਜੀ। ਇਹ ਚੰਡੀਗੜ੍ਹ ਤੋਂ ਲੈ ਕੇ ਆਇਆ ਸੀ ਟੋਟਲ ਇਹਨਾਂ ਕੋਲ 40 ਪੇਟੀਆਂ ਸ਼ਰਾਬ ਦੀਆਂ ਫੜੀਆਂ ਚੰਡੀਗੜ੍ਹ ਦੀਆਂ, ਜਿਹਦੇ ਵਿੱਚੋਂ 32 ਪੇਟੀਆਂ ਹੈਗੀਆਂ ਦੇਸੀ ਸ਼ਰਾਬ ਸੰਤਰਾ ਔਰ 8 ਪੇਟੀਆਂ ਅੱਡ ਅੱਡ ਵਿਸਕੀ ਹੈਗੀਆਂ। ਚੰਡੀਗੜ੍ਹ ਤੋਂ ਲੈ ਕੇ ਨਾ ਗੋਬਿੰਦਗੜ੍ਹ ਦੇ ਏਰੀਏ ਦੇ ਵਿੱਚ ਵੇਚਣੀ ਸੀਗੀ ਜੀ। ਇਹਨਾਂ ਨੂੰ ਅਸੀਂ ਅਰੈਸਟ ਕਰਕੇ ਪਰਚਾ ਦੇ ਦਿੱਤਾ, ਅੱਜ ਕੋਰਟ ਤੋਂ ਇਹਦਾ ਰਿਮਾਂਡ ਲੈ ਕੇ ਇਹਦੀ ਫਿਰ ਫਰਦਰ ਪੁੱਛਗਿੱਛ ਕਰਾਂਗੇ ਵੀ ਇਸ ਕਿੱਥੋਂ ਲੈ ਕੇ ਆਉਂਦੇ ਆ, ਕਿਹਨੂੰ ਦਿੰਦੇ ਆ, ਕਿਹੜੇ ਬੰਦੇ ਦੇ ਨਾਲ ਜੁੜੇ ਗਏ। ਖਰੜ ਤੋਂ ਡੇਵਿਡ ਵਰਮਾ, GVA ਪੰਜਾਬ TV।